ਪੰਜਾਬ ਸਰਕਾਰ ਤੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਡੀਏ ਦੀਆਂ ਬਕਾਇਆ ਕਿਸ਼ਤਾਂ ਦੀ ਅਦਾਇਗੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਮਿਨਿਸਟਰੀਅਲ ਸਰਵਿਸ ਯੂਨੀਅਨ ਦੇ ਬੈਨਰ ਦੇ ਹੇਠ ਸੂਬੇ ਦੇ 52 ਵਿਭਾਗਾਂ ਦੇ ਮੁਲਾਜ਼ਮ ਕਲਮ ਛੱਡ ਹੜਤਾਲ 'ਤੇ ਹਨ ਅਤੇ ਜਿਸ ਨੂੰ ਲੈ ਕੇ ਲੁਧਿਆਣਾ ਮਿੰਨੀ ਸਕੱਤਰੇਤ ਸਮੇਤ ਵੱਖ ਵੱਖ ਵਿਭਾਗਾਂ ਦੇ ਦਫ਼ਤਰਾਂ ਦੇ ਵਿੱਚੋਂ ਆਪੋ ਆਪਣੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਮੁਲਾਜ਼ਮ ਆਗੂਆਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਹਰ ਵਾਰ ਟਾਲ ਦਿੱਤਾ ਜਾਂਦਾ ਹੈ ਅਤੇ ਇਸੇ ਤਰ੍ਹਾਂ ਡੀਏ ਦੀਆਂ ਕਿਸ਼ਤਾਂ ਬਕਾਇਆ ਪਈਆਂ ਹਨ ਅਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰ ਦੇ ਵੱਲੋਂ 12% ਘੱਟ ਡੀਏ ਮਿਲ ਰਿਹਾ ਹੈ। ਮੁੱਖ ਮੰਗਾਂ ਤੋਂ ਇਲਾਵਾ ਉਹਨਾਂ ਦੇ ਕਈ ਹੋਰ ਮੁੱਦੇ ਵੀ ਹਨ। ਇਸ ਦੇ ਤਹਿਤ ਸੂਬੇ ਭਰ ਦੇ 52 ਵੱਖ ਵੱਖ ਵਿਭਾਗ 20 ਨਵੰਬਰ ਤੱਕ ਕਰਮ ਛੋੜ ਹੜਤਾਲ 'ਤੇ ਹਨ। ਮੈਂ ਸੰਜੀਵ ਭਾਰਗਵ, ਪ੍ਰਧਾਨ ਪੰਜਾਬ ਸਟੇਟ ਮਿਨਿਸਟੀਰੀਅਲ ਸਰਵਿਸ ਯੂਨੀਅਨ ਜ਼ਿਲ੍ਹਾ ਲੁਧਿਆਣਾ। ਜਿਹੜੀ ਇਹ ਸਟ੍ਰਾਈਕ ਸਾਡੀ 7/11 ਤੋਂ ਕੰਟੀਨਿਊ 20/11 ਤੱਕ ਚੱਲਣੀ ਹੈ, ਇਹ ਬੜੀ ਰੋਸ ਨਾਲ ਅਤੇ ਭਰੇ ਮਨ ਨਾਲ ਕਹਿਣਾ ਪੈ ਰਿਹਾ ਕਿ ਸਰਕਾਰ ਜੋ ਗਰੰਟੀਆਂ ਅਤੇ ਵਾਅਦੇ ਲੈ ਕੇ ਆਈ ਸੀ, ਮੁਲਾਜ਼ਮਾਂ ਨੇ ਵੀ ਭਰਪੂਰ ਇਹਨਾਂ ਨੂੰ ਹੁੰਗਾਰਾ ਭਰਿਆ ਸੀ। ਪਹਿਲੇ 5 ਰਾਉਂਡ ਜਿਹੜੇ ਬੈਲਟ ਪੇਪਰ ਸੀ ਉਹ ਟੁੱਟੇ ਹੀ ਨਹੀਂ ਗਏ ਤਾਂ 92 ਤੱਕ ਪਹੁੰਚੇ, ਬਟ ਇਹਨਾਂ ਨੇ ਤਾਂ ਸਾਨੂੰ DA ਤੱਕ ਨਹੀਂ ਦਿੱਤਾ। 12% ਅਸੀਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੋਂ ਪਿੱਛੇ ਚੱਲ ਰਹੇ ਹਾਂ। ਪੁਰਾਣੀ ਪੈਨਸ਼ਨ ਜਿਹੜੀ ਕਿ ਇਹ ਗੱਲ ਕਹੀ ਗਈ ਸੀ ਕਿ ਪਹਿਲੀ ਕੈਬਨਿਟ ਦੀ ਮੀਟਿੰਗ 'ਚ ਹੀ ਲਾਗੂ ਕਰ ਦਿੱਤੀ ਜਾਵੇਗੀ, ਲਗਭਗ 2.5 ਸਾਲ ਦਾ ਸਮਾਂ ਸਰਕਾਰ ਦਾ ਹੋ ਗਿਆ। ਸਬ ਕਮੇਟੀ ਦੇਖੋ ਨੋਟੀਫਿਕੇਸ਼ਨ ਜਾਰੀ ਕਰਕੇ ਅਧੂਰੀ ਸਬ ਕਮੇਟੀ ਬਣਾਈ ਗਈ ਹੈ ਜਿਹਦਾ ਕੋਈ ਤੁੱਕ ਨਹੀਂ ਬਣਦੀ ਹੈਗੀ। ਸੈਂਟਰ ਜਿਹੜੀ ਸਰਕਾਰ ਹਿਮਾਚਲ ਸਰਕਾਰ ਆ ਸੁਖਵਿੰਦਰ ਸਿੰਘ ਸੁੱਖੂ ਦੀ, ਕਾਂਗਰਸ ਸਰਕਾਰ ਨੇ ਪਹਿਲੀ ਕੈਬਨਿਟ ਦੀ ਮੀਟਿੰਗ 'ਚ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕਰਤੀ। ਸਾਡੇ ਹੋਰ ਵੀ ਮੁੱਦੇ ਨੇ ਪਰ ਪੱਖ ਦਾ ਮੁੱਦਾ ਜਿਹੜਾ ਪੁਰਾਣੀ ਪੈਨਸ਼ਨ ਆ, 12% ਸਾਡੇ DA ਪੈਂਡਿੰਗ ਆ। ਪਹਿਲੀ ਵਾਰ ਹੋਇਆ ਕਿ ਕਾਲੀ ਦਿਵਾਲੀ ਜਿਹੜੀ ਮੁਲਾਜ਼ਮਾਂ ਨੇ ਮਨਾਈ ਆ, ਔਰ ਇੰਨੇ ਮੈਨੂੰ 33 ਸਾਲ ਦੀ ਸਰਵਿਸ ਹੋ ਗਈ, ਪਹਿਲੀ ਵਾਰ ਆ ਕਿ ਦਿਵਾਲੀ 'ਤੇ ਮੁਲਾਜ਼ਮਾਂ ਨੂੰ ਕੁਛ ਨਹੀਂ ਦਿੱਤਾ ਗਿਆ। ਸਰ ਤੁਸੀਂ ਦੇਖ ਲਓ ਵੀ ਖਜ਼ਾਨਾ ਦਫ਼ਤਰ 'ਚ ਮੂਹਰੇ ਰੈਲੀ ਹੋ ਰਹੀ ਆ, ਔਰ ਖਜ਼ਾਨੇ 'ਚ ਜਿਹੜਾ ਮੁਲਾਜ਼ਮ ਤਨਖਾਹ ਲੈ ਰਿਹਾ ਵਾ ਉਹ ਸਾਰੇ ਸਟ੍ਰਾਈਕ 'ਤੇ ਨੇ। DC ਦਫ਼ਤਰ ਹੋ ਗਿਆ, ਐਕਸਾਈਜ਼ ਹੋ ਗਿਆ, PWD, ਖੇਤੀਬਾੜੀ, ਫੂਡ ਐਂਡ ਸਪਲਾਈ, ਐਜੂਕੇਸ਼ਨ, ਸਾਰੇ ਜਿੰਨੇ ਡਿਪਾਰਟਮੈਂਟ, ਮੱਛੀ ਪਾਲਣ, ITI, ਜਿੰਨੇ ਮੁਲਾਜ਼ਮ ਨੇ ਸਾਰੇ ਹੀ ਸਟ੍ਰਾਈਕ 'ਤੇ ਨੇ। ਜੇ ਖਜ਼ਾਨਾ ਭਰਿਆ ਵਾ, ਜਿਹੜੀ ਰੀੜ੍ਹ ਦੀ ਹੱਡੀ ਆ, ਪਾਰਟ ਐਂਡ ਪਾਰਸਲ ਆ, ਕਲੈਰੀਕਲ ਕਾਮੇ ਨੇ, ਹੋਰ ਜਿਹੜੇ ਸਾਥੀ ਫਾਈਲ ਪੁੱਟ ਅਪ ਕਰਦੇ ਆ, ਫਿਰ ਉਹ ਦਰੀਆਂ 'ਤੇ ਕਿਉਂ ਹੋਣ ਕੁਰਸੀਆਂ 'ਤੇ ਘੁੰਮ ਕੇ ਉੱਠ ਕੇ? ਕਿੰਨੀ ਦੇਰ ਦੀ ਤਨਖਾਹ? ਸਰ ਤਨਖਾਹ ਨਹੀਂ, ਸਾਡਾ DA ਆ, ਤਿੰਨ ਕਿਸ਼ਤਾਂ ਪਿੱਛੇ ਚੱਲ ਰਹੇ ਹਾਂ। ਪੰਜਾਬ ਸਰਕਾਰ ਦੇ ਮੁਲਾਜ਼ਮ 34% DA ਲੈ ਰਹੇ ਆ, ਜਦੋਂ ਕਿ ਕੇਂਦਰ ਸਰਕਾਰ ਦੇ ਮੁਲਾਜ਼ਮ ਜਿਹੜੇ 46% DA ਲੈ ਰਹੇ ਆ, ਔਰ ਸਾਡਾ ਏਰੀਅਰ 1/16 ਤੋਂ 30/21 ਦਾ ਪੈਂਡਿੰਗ ਪਿਆ ਵਾ, ਇਹਦੀ ਇੱਕ ਵੀ ਕਿਸ਼ਤ ਜਾਰੀ ਨਹੀਂ ਕੀਤੀ, ਜਦੋਂ ਕਿ ਅਗਲਾ ਪੇ ਕਮਿਸ਼ਨ ਆਉਣ 'ਚ ਵੀ ਸਿਰਫ 2 ਸਾਲ ਰਹਿ ਗਏ ਨੇ। ਸਾਰੇ ਪੰਜਾਬ 'ਚ ਆ ਜੀ, ਸਾਡੇ ਅਮਰੀਕ ਸਿੰਘ ਸੰਧੂ ਜੀ ਨੇ, ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੇ ਸਟੇਟ ਪ੍ਰਧਾਨ ਨੇ, ਪਿੱਪਲ ਸਿੰਘ ਜੀ ਫਿਰੋਜ਼ਪੁਰ ਤੋਂ DC ਦਫ਼ਤਰ ਲੱਗੇ ਨੇ, ਉਹ ਸਾਡੇ ਜਨਰਲ ਸੈਕਟਰੀ ਨੇ, ਪੰਜਾਬ ਸਰਕਾਰ ਦਾ 1-1 ਦਫ਼ਤਰ ਬੰਦ ਆ ਜੀ। ਦੇਖੋ ਜੀ, ਸਾਨੂੰ ਸਰਕਾਰ ਹੁਣ ਮੀਟਿੰਗ ਸੱਦ ਲਵੇ, ਕਿਉਂਕਿ ਗੱਲ ਟੇਬਲ ਟਾਕ 'ਤੇ ਮੁੱਕਣੀ ਆ, ਕਿ ਜੋ ਟੇਬਲ ਟਾਕ ਕਰ ਲੈਂਦੇ ਆ, ਅਤੇ ਅਸੀਂ ਵੀ ਚਾਹੁੰਦੇ ਹਾਂ ਵੀ ਅਸੀਂ ਸਰਕਾਰ ਦੇ ਜਿਹੜਾ ਕੰਮ ਕਰੀਏ, ਲੋਕਾਂ ਦਾ ਕੰਮ ਕਰੀਏ, ਅਤੇ ਸਾਡੀ ਜਿਹੜੀ ਗੱਲਬਾਤ ਰਾਹੀਂ ਸਾਡੇ ਮਸਲੇ ਜਿਹੜੇ ਪਾਈਪਲਾਈਨ 'ਚ ਆ ਉਹ ਬਾਹਰ ਆ ਸਕਦੇ। ਮੇਰਾ ਨਾਮ ਸੰਦੀਪ ਭੰਬਕ, ਵਾਈਸ ਪ੍ਰੈਜ਼ੀਡੈਂਟ PSMSU ਡਿਸਟ੍ਰਿਕਟ ਲੁਧਿਆਣਾ।
ਜਿਹੜਾ ਅੱਜ ਦਾ ਧਰਨਾ ਸਾਡੇ ਲਗਾਤਾਰ 9 ਦਿਨ ਹੋ ਗਏ ਪੂਰੇ ਪੰਜਾਬ 'ਚ ਪੈਨ ਡਾਊਨ ਸਟ੍ਰਾਈਕ ਚੱਲਦੀ ਵੀ ਸਿਰਫ ਸਾਡੀ ਜਿਹੜੀ ਮੇਨ ਡਿਮਾਂਡਾਂ ਨੇ ਜਿਵੇਂ ਸਾਡੀ ਪੁਰਾਣੀ ਪੈਨਸ਼ਨ ਸਭ ਤੋਂ ਪਹਿਲੀ ਡਿਮਾਂਡ, ਦੂਜੀ ਸਾਡੀ DA ਦੀ ਕਿਸ਼ਤ 15-15 ਲੈਟਰ 17-7-2020 ਦਾ ਜਿਹੜੇ ਸਾਡੇ ਦੇ ਨਵੇਂ ਸਾਥੀ ਨੂੰ ਸੈਂਟਰ ਸਕੇਲ ਦੇ ਤਾ, ਉਹਨਾਂ ਸਮੇਤ ਸਾਡੀ 16 ਡਿਮਾਂਡਾਂ ਹੋਰ ਨੇ ਜਿਨ੍ਹਾਂ ਉੱਤੇ ਹੀ ਧਰਨਾ ਉਹ ਲਾਇਆ ਪੈਨ ਡਾਊਨ ਸਟ੍ਰਾਈਕ ਚੱਲਦੀ ਵੀ। ਦੇਖੋ ਜੀ, ਸਰ ਪੁਰਾਣੀ ਪੈਨਸ਼ਨ ਡਿਮਾਂਡ ਲਗਾਤਾਰ 7-8 ਸਾਲ ਤੋਂ ਚੱਲਦੀ ਵੀ, ਜਿਹੜੀ ਆਮ ਆਦਮੀ ਪਾਰਟੀ ਸਰਕਾਰ ਬਣੀ ਸੀਗੀ ਆਹ ਪੁਰਾਣੀ ਪੈਨਸ਼ਨ ਨਾ ਤੀ ਬਣੀ ਸੀਗੀ, ਕਿਉਂਕਿ 2018 'ਚ ਮਾਨਯੋਗ ਸਾਡੇ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਜੀ ਸਾਡੇ ਮੰਚ 'ਤੇ ਆਏ ਸੀਗੇ, ਦਿੱਲੀ ਰੈਲੀ ਹੀ ਕੀਤੀ 2018 'ਚ NOPS ਦੇ ਝੰਡੇ ਥੱਲੇ। ਉਹਨਾਂ ਨੇ ਕਿਹਾ ਹੈਗਾ ਕਿ ਜਿਹੜੀ ਵੀ ਸਟੇਟ 'ਚ ਸਾਡੀ ਸਰਕਾਰ ਬਣਦੀ ਪੁਰਾਣੀ ਪੈਨਸ਼ਨ ਪਹਿਲ ਦੇ ਆਧਾਰ 'ਤੇ ਹੋਊਗੀ। 2021 'ਚ ਜਿਹੜੇ ਸਾਡੇ ਉਹਨਾਂ ਵਿੱਤ ਮੰਤਰੀ ਸਾਹਿਬ ਨੇ ਚੀਮਾ ਜੀ ਹਰਪਾਲ ਸਿੰਘ ਚੀਮਾ ਜੀ ਮਾਨਯੋਗ ਹਰਪਾਲ ਸਿੰਘ ਚੀਮਾ ਜੀ, ਉਹਨਾਂ ਨੇ ਵੀ ਸਾਡੇ ਮੰਚ 'ਤੇ ਸਾਡੀ ਤਖਤੀ ਫੜ ਕੇ ਕਿਹਾ ਸੀਗਾ ਕਿ ਸਾਡੀ ਸਰਕਾਰ ਬੰਦੇ ਪਹਿਲ ਦੇ ਆਧਾਰ 'ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਊਗੀ। ਪਿਛਲੇ ਸਾਲ 2022 'ਚ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੇ ਦਿਵਾਲੀ ਦੇ ਮੌਕੇ 'ਤੇ ਇੱਕ ਤੋਹਫਾ ਦਿੱਤਾ ਸੀਗਾ ਮੁਲਾਜ਼ਮਾਂ ਨੂੰ ਕਿ ਪੁਰਾਣੀ ਪੈਨਸ਼ਨ ਬਹਾਲ ਕਰਤੀ, ਪਰ ਹਾਲੇ ਤੱਕ 1 ਸਾਲ ਤੋਂ ਵੱਧ ਸਮਾਂ ਹੋ ਗਿਆ ਪੁਰਾਣੀ ਪੈਨਸ਼ਨ ਕਿਸੇ ਵੀ ਕਰਮਚਾਰੀ 'ਤੇ ਬਹਾਲ ਨਹੀਂ ਹੋਈ। ਬਸ ਉਹ ਇੱਕ ਤੋਹਫਾ ਸੀਗਾ, ਉਹਦੇ 1,00,000 ਰੁਪਏ ਦੇ ਐਡਵਰਟਾਈਜਮੈਂਟ ਦੂਜੀਆਂ ਸਟੇਟਾਂ 'ਚ ਲਾ ਕੇ ਮਤਲਬ ਵੋਟ ਬੈਂਕ ਲੈਣ ਵਾਸਤੇ ਉਹਨਾਂ ਨੇ ਸਿਰਫ ਉਹਦਾ ਪ੍ਰਚਾਰ ਕੀਤਾ ਜਾ ਰਿਹਾ, ਪਰ ਪੰਜਾਬ 'ਚ ਹਾਲੇ ਵੀ ਕਿਸੇ ਵੀ ਕਰਮਚਾਰੀ 'ਤੇ ਪੁਰਾਣੀ ਪੈਨਸ਼ਨ ਲਾਗੂ ਨਹੀਂ ਹੋਈ, ਨਾ GP ਫੰਡ ਦੇ ਖਾਤੇ ਖੁੱਲ੍ਹੇ। ਜਦ ਤੱਕ ਸਰਕਾਰ ਸਾਡੀ ਜਿਹੜੀ ਮੇਨ ਡਿਮਾਂਡਾਂ ਨੇ ਇਹਨਾਂ ਨੂੰ ਲਾਗੂ ਜਾਰੀ ਨਹੀਂ ਕਰਦੀ ਜਾਂ ਸਾਨੂੰ ਕੋਈ ਨੋਟੀਫਿਕੇਸ਼ਨ ਦਿੰਦੀ ਜਾਂ ਸਾਡੀ ਪੁਰਾਣੀ ਪੈਨਸ਼ਨ SOP ਨਹੀਂ ਲਾਗੂ ਕਰਦੀ, ਉਦੋਂ ਤੱਕ ਲਗਾਤਾਰ 20 ਤਰੀਕ ਤੱਕ ਸਾਡੀ ਪੈਨ ਡਾਊਨ ਸਟ੍ਰਾਈਕ ਹੈ ਹੀ ਹੈ। ਉਸ ਤੋਂ ਬਾਅਦ ਜਿਹੜੇ ਸਾਡੇ ਸੀਨੀਅਰ ਲੀਡਰਸ਼ਿਪ ਵੱਲੋਂ ਮੀਟਿੰਗ ਕਰਨ ਤੋਂ ਬਾਅਦ ਅਗਲਾ ਸੰਘਰਸ਼ ਹੋਰ ਤਿੱਖਾ ਕੀਤਾ ਜਾਊਗਾ। ਮੈਡਮ ਜੀ, ਮੈਂ ਚੇਅਰਮੈਨ ਦਲੀਪ ਸਿੰਘ ਪੈਨਸ਼ਨਰ ਭਵਨ ਸੈਂਟਰ ਮਿੰਨੀ ਸੈਕਟਰੀ ਲੁਧਿਆਣਾ ਤੋਂ ਬੋਲ ਰਿਹਾ। ਸਾਡੇ ਜਿਹੜੇ ਪੰਜਾਬ ਦੇ ਦਫ਼ਤਰੀ ਕਾਮੇ ਨੇ ਉਹ ਪਿਛਲੇ 8 ਦਿਨਾਂ ਤੋਂ ਸਟ੍ਰਾਈਕ ਕਰਕੇ ਬੈਠੇ ਨੇ। ਸਰਕਾਰ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਮੰਨ ਨਹੀਂ ਰਹੀ, ਕਿਉਂਕਿ ਅੱਗੇ ਹਰ ਇੱਕ ਸਰਕਾਰ ਨੇ ਦਿਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਔਰ ਪੈਨਸ਼ਨਰਾਂ ਨੂੰ ਜ਼ਰੂਰ ਕੋਈ ਨਾ ਕੋਈ ਵੱਡੀ ਰਾਹਤ ਦਿੱਤੀ ਹੈ, ਬਸ ਇਸ ਸਰਕਾਰ ਨੇ ਮੁਲਾਜ਼ਮਾਂ ਔਰ ਪੈਨਸ਼ਨਰਾਂ ਨੂੰ ਕੁਛ ਨਹੀਂ ਦਿੱਤਾ। ਲੋਕ ਦਿਵਾਲੀ ਤੋਂ ਪਹਿਲਾਂ DA ਦੀਆਂ ਕਿਸ਼ਤਾਂ ਉਡੀਕ ਰਹੇ ਸੀ, ਏਰੀਅਰ ਜਿਹੜਾ ਸਾਡਾ ਪੈਨਸ਼ਨਰਾਂ ਦਾ ਔਰ ਮੁਲਾਜ਼ਮਾਂ ਦਾ ਰਹਿੰਦਾ ਉਹਦੀ ਉਡੀਕ ਕਰ ਰਹੇ ਸੀ, ਪਰ ਸਰਕਾਰ ਨੇ ਨਾ ਕੋਈ ਏਰੀਅਰ ਦਿੱਤਾ ਅਤੇ ਨਾ ਹੀ ਕੋਈ ਸਾਨੂੰ ਜਿਹੜੇ DA ਦੀਆਂ ਕਿਸ਼ਤਾਂ ਸਾਡੀਆਂ ਪੈਂਡਿੰਗ ਨੇ ਉਹ ਦਿੱਤੀਆਂ ਨੇ। ਅਸੀਂ ਕੋਈ ਨਵੀਂ ਮੰਗ ਨਹੀਂ ਮੰਨ ਰਹੇ ਸੀ, ਮੰਗ ਰਹੇ ਸੀ, ਅਸੀਂ ਸਰਕਾਰ ਨੂੰ ਇਹ ਕਹਿ ਰਹੇ ਸੀ ਕਿ ਸਾਡਾ ਜੋ DA ਹੈ ਸੈਂਟਰ ਸਰਕਾਰ ਨੇ ਦਿੱਤਾ ਹੋਇਆ ਅਤੇ ਪੰਜਾਬ ਸਰਕਾਰ ਵੀ ਸਾਨੂੰ ਜ਼ਰੂਰ ਦਿਵਾਲੀ ਤੋਂ ਪਹਿਲਾਂ ਦੇਵੇ। ਬਾਕੀ ਸਰਕਾਰਾਂ ਜਿਵੇਂ ਹਰਿਆਣੇ ਦੀ ਸਰਕਾਰ ਹੈ, ਹਿਮਾਚਲ ਦੀ ਸਰਕਾਰ ਹੈ, ਰਾਜਸਥਾਨ ਸਰਕਾਰ ਹੈ, ਉਹਨਾਂ ਸਾਰੀਆਂ ਸਰਕਾਰਾਂ ਵੱਲੋਂ ਜੋ DA ਦੀਆਂ ਕਿਸ਼ਤਾਂ ਨੇ ਉਹ ਦਿੱਤੀਆਂ ਜਾ ਚੁੱਕੀਆਂ ਨੇ, ਪਰ ਸਾਡਾ ਪੰਜਾਬ ਦੇ ਮੁਲਾਜ਼ਮਾਂ ਔਰ ਪੈਨਸ਼ਨਰਾਂ ਦਾ 12% DA ਸਰਕਾਰ ਨੇ ਰੋਕਿਆ ਹੋਇਆ ਜੋ ਕਿ ਸਰਕਾਰ ਅਜੇ ਤੱਕ ਰਿਲੀਜ਼ ਨਹੀਂ ਕਰ ਲਈ। ਇਸੇ ਤਰ੍ਹਾਂ ਹੀ ਸਾਡੀ ਜਿਹੜੀ ਰਿਵਾਇਜ਼ ਪੈਨਸ਼ਨ ਦੀ ਏਰੀਅਰ ਹੈ ਸਾਡਾ, ਉਹ ਵੀ ਸਾਡਾ ਪੈਨਸ਼ਨਰਾਂ ਔਰ ਮੁਲਾਜ਼ਮਾਂ ਨੂੰ ਨਹੀਂ ਮਿਲ ਰਿਹਾ, ਉਹ ਵੀ ਸਾਡੀ ਬੜੀ ਵੱਡੀ ਮੰਗ ਹੈ, ਲੇਕਿਨ ਉਹਦੇ ਬਾਰੇ ਵੀ ਸਰਕਾਰ ਕੁਛ ਸਾਡੇ ਲਈ ਕੁਛ ਸੋਚ ਨਹੀਂ ਰਹੀ। ਜਿੱਥੋਂ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਨਾਲ ਸੰਬੰਧ ਹੈ, ਮੁਲਾਜ਼ਮ ਕੋਈ ਵੱਡੀ ਮੰਗ ਨਹੀਂ ਉਹਨਾਂ ਦੀ, ਉਹ ਇੱਕ ਪੁਰਾਣੀ ਪੈਨਸ਼ਨ ਦੀ ਬਹਾਲੀ ਵਾਸਤੇ ਜ਼ੋਰ ਲਾ ਰਹੇ ਨੇ, ਕਿਉਂਕਿ ਪੈਨਸ਼ਨ ਤੋਂ ਬਗੈਰ ਜਿਹੜੇ ਬੱਚਿਆਂ ਨੂੰ ਮਗਰੋਂ ਟੱਬਰ ਜਿਹੜਾ ਸਾਂਭਦਾ ਨਹੀਂ ਬਜ਼ੁਰਗਾਂ ਨੂੰ, ਇਸ ਕਰਕੇ ਪੈਨਸ਼ਨ ਜਿਹੜੀ ਮਿਲਣੀ ਉਹ ਬਹੁਤ ਜ਼ਰੂਰੀ ਹੈ। ਸੋ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਸਾਡੀ ਜਿਹੜੀ ਓਲਡ ਪੈਨਸ਼ਨ ਸਕੀਮ ਹੈ ਉਹ ਲਾਗੂ ਕੀਤੀ ਜਾਵੇ, ਕਿਉਂਕਿ ਇਸ ਬਾਰੇ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਦੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਸਾਨੂੰ ਜਿਤਾਓ, ਅਸੀਂ ਤੁਹਾਡੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ, ਪਰ ਸਰਕਾਰ ਨੇ ਅਜੇ ਤੱਕ ਪੈਨਸ਼ਨ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ। ਇਸ ਕਰਕੇ ਪੰਜਾਬ ਦੇ ਸਮੁੱਚੇ ਮੁਲਾਜ਼ਮ ਮਿਸਤਰੀ ਦੇ ਕੇਡਰ ਦੇ ਔਰ ਸਟ੍ਰਾਈਕ ਕਰਕੇ ਬੈਠੇ ਹੋਏ ਨੇ, ਔਰ ਸਰਕਾਰ ਨੂੰ ਚਾਹੀਦਾ ਕਿ ਉਹ ਜੇਕਰ
ਪਲਾਜ਼ਮਾ ਕੋਲ ਕੰਮ ਕਰਵਾਉਣਾ ਚਾਹੁੰਦੀ ਹੈ ਤਾਂ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਜੋ ਉਹ ਮੰਗ ਰਹੇ ਨੇ ਉਹ ਜ਼ਰੂਰ ਮੰਨੀਆਂ ਜਾਣ ਔਰ ਲਾਗੂ ਕੀਤੀਆਂ ਜਾਣ। ਮੈਂ ਦੱਸਣਾ ਚਾਹੁੰਦਾ ਕਿ ਸਰਕਾਰ ਜਦੋਂ ਇਲੈਕਸ਼ਨ ਤੋਂ ਪਹਿਲਾਂ ਸਾਡੇ ਨਾਲ ਇਹਨਾਂ ਦੀ ਗੱਲਬਾਤ ਹੁੰਦੀ ਸੀ ਤਾਂ ਉਸ ਵੇਲੇ ਇਹ ਕਹਿੰਦੇ ਸੀ ਵੀ ਜਿਹੜੇ ਧਰਨੇ ਮੁਜ਼ਾਹਰੇ ਹੈ ਇਹ ਤੁਹਾਨੂੰ ਇਸ ਤੋਂ ਬਾਅਦ ਨਹੀਂ ਕਰਨੇ ਪੈਣਗੇ, ਤੁਸੀਂ ਸਾਡਾ ਸਪੋਰਟ ਕਰੋ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਤੁਹਾਡੀਆਂ ਡਿਮਾਂਡਾਂ ਉਹਦੇ ਵਾਸਤੇ ਤੁਹਾਨੂੰ ਇਹ ਸੰਘਰਸ਼ ਕਰਨਾ ਨਹੀਂ ਪਵੇਗਾ। ਪਰ ਮੈਂ ਬੜੇ ਦੁੱਖ ਦੇ ਨਾਲ ਕਹਿ ਰਿਹਾ ਕਿ ਅੱਜ ਸਮੁੱਚਾ ਮੁਲਾਜ਼ਮ ਵਰਗ ਪਲੱਸ ਪੈਨਸ਼ਨਰ ਇਹ ਸਰਕਾਰ ਦਾ ਜਿਹੜਾ ਉਹ ਭੰਡੀ ਪ੍ਰਚਾਰ ਕਰ ਰਿਹਾ, ਪਿੱਠ ਸਿਆਪਾ ਕਰ ਰਿਹਾ, ਉਹਦਾ ਕਾਰਨ ਕੀ ਆ? ਕਾਰਨ ਇਹ ਕੀ ਆ ਕਿ ਸਾਨੂੰ ਇੱਕ ਡੀਏ ਦੀ ਕਿਸ਼ਤ ਮਿਲਦੀ ਆ, ਜਦੋਂ ਸੈਂਟਰ ਕਿਸ਼ਤ ਦਿੰਦਾ ਤਾਂ ਉਹ ਸਾਨੂੰ ਪੰਜਾਬ ਨੂੰ ਵੀ ਜਿਹੜੀ ਆ ਉਸੇ ਪੈਟਰਨ 'ਤੇ ਕਿਸ਼ਤ ਮਿਲਦੀ ਆ। ਸੈਂਟਰ ਨੇ 3 ਕਿਸ਼ਤਾਂ ਜਿਹੜੀਆਂ 12% ਦੀਆਂ ਜਾਰੀ ਕਰਤੀਆਂ, ਛੋਟੀਆਂ ਛੋਟੀਆਂ ਸਟੇਟਾਂ ਵੀ ਜਿਹੜੀਆਂ ਕਿ ਪੰਜਾਬ ਨੂੰ ਦੇਖਦੀਆਂ ਹੁੰਦੀਆਂ ਸੀ ਉਹ ਸਾਰੀਆਂ ਸਟੇਟਾਂ ਨੇ ਵੀ ਜਿਹੜੀ ਆ ਉਹ 12% ਦੇ ਦਿੱਤਾ, ਪਰ ਪੰਜਾਬ ਦਾ ਜਿਹੜਾ ਪੈਨਸ਼ਨਰ ਅਤੇ ਮੁਲਾਜ਼ਮ ਆ ਉਹ 12% ਘੱਟ ਡੀਏ ਲੈ ਰਿਹਾ। ਅਸੀਂ ਇਹਨਾਂ ਨੂੰ ਕਿਹਾ ਸੀ ਵੀ ਦੀਵਾਲੀ ਦੇ ਵਿੱਚ ਸਾਨੂੰ ਜਿਹੜਾ ਉਹ ਸਾਡਾ ਬਣਦਾ ਹੱਕ ਸਾਨੂੰ ਦਿੱਤਾ ਜਾਵੇ, ਪਰ ਸਰਕਾਰ ਨੇ ਸਾਡੀ ਇੱਕ ਤਾਂ ਗੱਲ ਨਹੀਂ ਸੁਣੀ, ਸਰਕਾਰ ਆਪਣੇ ਹੋਰ ਜਿਹੜੀਆਂ ਸੂਬਿਆਂ ਦੇ ਵਿੱਚ ਜਾ ਕੇ ਭੰਡੀ ਪ੍ਰਚਾਰ ਕਰ ਰਹੀ ਹੈ। ਸਰ ਸਾਡੀਆਂ ਤਾਂ ਬਹੁਤ ਮੀਟਿੰਗਾਂ ਹੋਈਆਂ ਸਰਕਾਰ ਦੇ ਨਾਲ, ਸਾਰੇ MLA ਨੂੰ ਅਸੀਂ ਇਕੱਲੇ ਇਕੱਲੇ ਨੂੰ ਜਾ ਕੇ ਮੰਗ ਪੱਤਰ ਦਿੱਤੇ ਆ ਵੀ ਸਾਡੀ ਜਿਹੜੀ ਆ ਡਿਮਾਂਡ ਆ ਸਰਕਾਰ ਨੂੰ ਦਿੱਤੀ ਜਾਵੇ, ਪਰ ਕਿਸੇ MLA ਨੇ ਸਾਡੀ ਸੁਣਵਾਈ ਨਹੀਂ ਕੀਤੀ। SMZ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ।